वाहिगुरु जी का खालसा, वाहिगुरु जी की फतेह। अज सैटरडे या शनिवार रात के 10 बज गए ने। आओ गुरद्वारा कटाणा साहब देगसर साहब चलीए ते तुहानू दर्शन कराउने वी रात नू उत्थे सेवा किवें गुरु साहब करवाउंदे ने। आओ चलीए। ए आ जी साडा शहर समराला, आ गुरद्वारा साहब, आ मेन चौंक आ, सामने लुधियाने वाला रस्ता आ जिधर नू आपां जा रहे हां। इधर माछीवाड़ा साहब ते मेरी बैक साइड ते खन्ना ते चंडीगढ़। ये हैगा जी पुल बाईपास वाला, जिहड़ा बाईपास चंडीगढ़ तो लुधियाने जांदा आ। तो पहला सारा ट्रैफिक समराले विचों लंघता हुंदा सी, हुण चलो बहुत ट्रैफिक घट भी गया। ये पिंड चहला आ जी, चहला। तो इत्थे हिंदू वीर भरावां दा भैणां दा बड़ा इतिहासिक स्थान, शिवजी महाराज का बड़ा पुराना मंदिर, प्राचीन मंदिर वो इत्थे हैगा। शिवरात्रि बहुत वड्डे लैवल ते इत्थे संगत आउंदियां ने। इधर जाके मंदिर आ देखो, ते हुण आपां चलो मेन सड़क ते आ गए। इधर अगे जाके साडा पिंड भी आउंदा पुराना। असीं हुण तां वैसे चलो समराले रहिंदे आ, साडा पहला पिंड ढंडे नहर दे कंढे, मेरे दादा जी कहिंदे हुंदे सी सच्चियों। वैसे वो जिहड़ा नहर वाला रस्ता गुरु गोबिंद सिंह जी मार्ग ते ना, उत्थे पिंड ढंडे आउंदा आ, जिथे किश्ती भी चलो लगी हुई आ, उहदी निशानी आ। ਇਹ ਘਲਾਲ ਦਾ ਟੋਲ ਟੈਕਸ ਆ ਤੇ ਬੜਾ ਇਤਿਹਾਸਿਕ ਪਿੰਡ ਆ ਘਲਾਲ। ਇੱਥੇ ਨਾ ਦੋ ਗੁਰਦੁਆਰਾ ਸਾਹਿਬ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦਾ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਗੁਰਦੁਆਰਾ ਸ੍ਰੀ ਸ਼ਸਤਰ ਭੇਂਟ ਸਾਹਿਬ। ਲਓ ਜੀ ਆਪਾਂ ਹੁਣ ਬਸ ਨਹਿਰ ਵਾਲੇ ਰਸਤੇ ਤੇ ਪਹੁੰਚ ਗਏ। ਉਹ ਸਾਹਮਣੇ ਲੁਧਿਆਣਾ ਸਾਹਿਬ, ਅਤੇ ਆਹ ਸੱਜੇ ਪਾਸੇ ਰੋਪੜ ਨੂੰ ਰਸਤਾ ਜਾਂਦਾ ਆਨੰਦਪੁਰ ਸਾਹਿਬ। ਠੀਕ ਹੈ ਜੀ, ਹੁਣ ਤੁਸੀਂ ਕਹੋਗੇ ਲੁਧਿਆਣਾ ਸਾਹਿਬ ਕਦ ਕਿਹਾ ਮੈਂ? ਹਾਂ, ਕਿਉਂਕਿ ਉਹ ਇਤਿਹਾਸਿਕ ਸ਼ਹਿਰ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਤੇ ਚਰਨ ਪਾਏ ਹੋਏ ਨੇ। ਗੁਰਦੁਆਰਾ ਸ਼੍ਰੀ ਗਊਘੜ ਸਾਹਿਬ ਉੱਥੇ ਹੈਗਾ। ਬਸ ਆਪਾਂ ਅਸਿੱਧਾ ਦਰਾਹਾ ਆ, ਅਤੇ ਆਪਾਂ ਹੁਣ ਬਸ ਪਹੁੰਚਣ ਵਾਲੇ ਹਾਂ ਜੀ ਕਟਾਣਾ ਸਾਹਿਬ। ਇਹ ਜਿਹੜਾ ਤੁਸੀਂ ਪਿੰਡ ਦੇਖਦੇ ਹੋ ਨਾ, ਇਹ ਕਬੱਡੀ ਜਗਤ ਦੇ ਵਿੱਚ, ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨਾਂ ਆ ਪਿੰਡ ਦਾ। ਕੋਚ ਦੇਵੀ ਦਿਆਲ ਜੀ, ਜਿਹੜੇ ਮੁੰਡੇ ਕਬੱਡੀ ਖੇਡਦੇ ਨੇ ਪੁਰਾਣੇ, ਉਹ ਤਾਂ ਚੰਗੀ ਤਰ੍ਹਾਂ ਜਾਣਦੇ ਨੇ, ਇੰਟਰਨੈਸ਼ਨਲ ਕੋਚ, ਕੋਚ ਦੇਵੀ ਦਿਆਲ ਜੀ, ਇਹ ਉਹਨਾਂ ਦਾ ਪਿੰਡ ਆ। ਬਸ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ, ਬਹੁਤ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਆ, ਬਹੁਤ ਮਹਾਨ ਸਥਾਨ। ਆ ਨਹਿਰ ਆ ਗਈ, ਉਹ ਦੇਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਘੋੜਿਆਂ ਦਾ ਤਬੇਲਾ ਆ ਸਾਹਮਣੇ, ਤੇ ਦੇਖਦਿਆਂ ਜੇ ਮੇਨ ਗੇਟ ਖੁੱਲਾ ਹੋਇਆ, ਨਹੀਂ ਤਾਂ ਫਿਰ ਚਲੋ ਆਪੇ ਮਹਾਰਾਜ ਹੀਲਾ ਕਰਨਗੇ ਭਾਈ, ਹੈਨਾ। ਇਹ ਆ ਜੀ ਗੇਟ, ਵੈਸੇ ਮੇਨ ਗੇਟ ਸਾਹਮਣੇ ਵੱਡਾ ਉੱਧਰ ਆ। ਇੱਧਰ ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਕਰੋ ਦਰਸ਼ਨ, ਫਿਰ ਆਪਾਂ ਤੁਹਾਨੂੰ ਅੱਗੇ ਵੀ ਦਿਖਾਉਂਦੇ ਹਾਂ ਮਹਾਰਾਜ ਦੀ ਕਿਰਪਾ ਨਾਲ। ਇਹ ਆ ਜੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਡੇਰਾ ਲੰਗਰ, ਆ ਬਾਬਾ ਜੀ ਬਾਬਾ ਮਾਨ ਸਿੰਘ ਜੀ। ਅਤੇ ਬਸ ਅੱਗੇ ਸ਼ੁਰੂ ਕਰਦੇ ਹਾਂ ਹੁਣ, ਕੱਲ੍ਹ ਵਾਲਾ ਪ੍ਰੋਸੈਸ ਸਾਰਾ ਸਾਹਮਣੇ ਬੇਸਣ ਪਿਆ ਜਾ, ਅਤੇ ਇੱਧਰ ਵੀ ਭੱਠੀਆਂ ਨੇ, ਅੰਦਰ ਵੀ ਭੱਠੀਆਂ ਨੇ। ਬਾਕੀ ਚਲੋ ਇੱਥੇ ਕੜੀ ਬਣਦੀ ਹੁੰਦੀ ਆ ਵੱਡੇ ਦੇਗੇ ਦੇ ਵਿੱਚ, ਇੱਥੇ ਇੱਧਰ ਪਾਣੀ ਗਰਮ ਹੁੰਦਾ ਆ। ਇਹ ਸਾਡੇ ਦਰਾਹੇ ਤੋਂ ਭੁਪਿੰਦਰ ਸਿੰਘ ਜੀ ਪਹੁੰਚ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਗੇ ਵਿੱਚ ਪਹਿਲਾਂ ਪਾਣੀ ਛੱਡਤਾ ਆਪਾਂ, ਥੱਲੇ ਅੱਗ ਬਾਲਤੀ, ਅਤੇ ਹੁਣ ਆਲੂ ਪਾਉਣੇ ਨੇ ਇਹਦੇ ਵਿੱਚ, ਫਿਰ ਤੁਹਾਨੂੰ ਅੱਗੇ ਵੀ ਦੱਸ ਦਿਓ ਸਾਰਾ। ਅਤੇ ਠੀਕ ਹੈ ਜੀ, ਪੂਰੀ ਵੀਡੀਓ ਜ਼ਰੂਰ ਦੇਖਿਓ। ਕੜੀ ਤਾਂ ਉੱਧਰ ਬਣਨੀ ਆ, ਪਰ ਚੌਲ ਇੱਥੇ ਬਣਦੇ ਹੁੰਦੇ ਨੇ, ਇਸ ਕਰਕੇ ਇੱਕ ਆਹ ਭੱਠੀ ਆ, ਇਹਦੇ ਵਿੱਚ ਵੀ ਆਪਾਂ ਚਲੋ ਹੁਣ, ਹਨਾ, ਮਹਾਰਾਜ ਦੀ ਕਿਰਪਾ ਨਾਲ ਇਹ ਲੱਕੜਾਂ ਪਈਆਂ ਨੇ ਮੇਰੀ ਬੈਕ ਸਾਈਡ 'ਤੇ, ਇੱਥੇ ਅੱਗ ਸ਼ੁਰੂ ਕਰਨੀ ਆ, ਇਹ ਸਟੀਮ ਨਾਲ ਇੱਥੇ ਸਾਰਾ ਬਣਦਾ ਆ। ਠੀਕ ਹੈ ਜੀ,
यह देगे विच लस्सी दे विच बेसन पा के घोलिया जा रहा है कढ़ी वास्ते। हाँ जी, 12 वजन वाले ने रात दे ते हुण पाठी सिंह आउण के रौल ला के उन्होंने प्रसादा छकना हुंदा ते उस तों बाद आलू तकरीबन उबलने वाले ने कढ़ी विच। बाकी चलो अगे जिवें महाराज ने है ना कृपा की तुहानूं जरूर दिखाउने आ। धन्नवाद जी। जिहड़ी लस्सी दे विच बेसन घोलिया सी इह देगे विच आ, इह वड्डे देगे विच आलू प्लस हल्दी, आलू उबल चुके ने सामने रामपुरी है बाबा जी लांगरी बाबा जी ने, यह हुण देगे चों सारा कढ़ी वाले देगे च पा देना या ये पाथियां प्लस लकड़ा ने, यह लस्सी बाहरों लिया के ये देगे च पा रहे ने। ये बाबा जी महदूदा पिंड दे ने दराहे कोल महदूदा पिंड आ, ते वैसे गजा डाली की सेवा करते हैं, मतलब कि बहुत दूरों बाबा जी रोज 75 किलोमीटर जाते हैं, मतलब कि 75 किलोमीटर जाते हैं, घर च दुध लैके आते हैं तो इतने सेवा करते हैं। ये बाहर जी संगत वास्ते लस्सी वो कढ़ी गई आ। लो जी, चौल भी तैयार ने गुरु साहब की कृपा नाल, कढ़ी उधर बनने वाली आ। गुरु साहब की कृपा नाल कढ़ी भी तैयार है जी, संगतां छक रही ने, नाल मिठी लस्सी तैयार हो रही है। छको जी। वाहिगुरु जी का खालसा, वाहिगुरू जी की फतेह। हाँ जी, 3 बज गए ने अमृत वेला, तो हुण आपां चलदे आ दरबार साहब, प्रकाश महाराज का होन लगे आ, आओ चलीए। ये सारिया गड्डिया महापुरखों दिया, बाबा मान सिंह जी कार सेवा वाले। Thank you.